बस भिंदर आखे लगी भैन एक पानी का गिलास और लिया भाई कोई ना मेरी भैन तू तो बड़ी पी जा सारा पानी ठीक है ठीक चल 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 खा ला सारा पानी पी ला बाद चली कोई ना पहला खा ला मेरी भैन दवाई खा ला खा ला खा ला कोई ना बच नहीं पाना कर दिखा ले भैने मैं देवा को हल फट कैप्सूल पानी पाया चीज थोड़ा ही बस ले फट भैने घट पा बोले सो निहाल बोले सो निहाल ਮਾੜਾ ਰਹਿ ਗਿਆ ਭਾਈ ਗੋਲੀ ਇੱਕ ਹਲੇ ਭੈਣੇ ਘੁੱਟ ਪਾਣੀ ਦਿਓ ਕਾਕਾ ਪਾਣੀ ਦੇ ਗਾਲਾਂ ਨੀ ਕੱਢਣੀ ਭੈਣ ਮੇਰੀ ਵਾਹਿਗੁਰੂ ਹੇ ਵਾਹਿਗੁਰੂ ਸੱਚਾ ਪਾਤਸ਼ਾਹ ਕਿਰਪਾ ਕਰਿਓ ਮੇਰੀ ਭੈਣ ਨੂੰ ਤੰਦਰੁਸਤੀ ਬਖਸ਼ਿਓ ਮਿਹਰ ਕਰਿਓ ਮੇਰੀ ਭੈਣ ਤੇ ਭੁਪਿੰਦਰ ਕੌਰ ਆ ਭੈਣ ਦਾ ਨਾਂ ਵੀਰੇ ਕੀ ਨਾਂ ਤੇਰਾ ਅਨਮੋਲ ਸਿੰਘ ਪੁੱਤਰ ਹੋਇਆ ਕਿੰਨਾ ਟਾਈਮ ਹੋ ਗਿਆ ਪੁੱਤ ਮੰਮੀ ਨੂੰ ਇਦਾਂ ਹੋਏ ਨੂੰ ਭੁਪਿੰਦਰ ਕੋ ਬਾਜਵਾ ਨਾਲ ਹੋ ਗਏ ਇਹ ਵਾਲਾ ਮੇਰੀ 10-15 ਸਾਲ ਹੋ ਗਏ ਤੁਹਾਡੇ ਵਾਈਫ ਨੇ ਜਿੱਦਾਂ ਬਹਿ ਜਾ ਬਹਿ ਜਾ ਕੰਜਰ ਇਹ ਲੱਗ ਚੁੱਪ ਕਰ ਚੁੱਪ ਮੱਧੇ ਮੁੰਡਾ ਕੰਜਰ ਚੁੱਪ ਕਰਕੇ ਬਹਿ ਜਾ ਮੇਰੀ ਭੈਣ ਨਹੀਂ ਆਖੇ ਲੱਗੀ ਨਾ ਜਿੱਦਾਂ ਮਤਲਬ ਵੀ ਯਾਨੀ ਸਿਆਲ ਚਣਾ ਸਿਆਲ ਚ ਇਹਨਾਂ ਨੂੰ ਕੁਛ ਵੀ ਨਹੀਂ ਹੋਣਾ ਕਈ ਵਾਰੀ ਸਿਆਲ ਚ ਵੀ ਹੋ ਜਾਂਦਾ ਆ ਤੇ ਇਹਨਾਂ ਨੂੰ ਗਰਮੀਆਂ ਚ ਵੀ ਹੋਣਾ ਆ ਉਦਾਂ ਇਦਾਂ ਨੁਕਸਾਨ ਠੀਕ ਰਹਿੰਦੇ ਆ ਸਿਆਲ ਚ ਸਿਆਲ ਠੀਕ ਰਹਿੰਦੇ ਕਦੇ ਕਦੇ ਠੀਕ ਰਹਿੰਦੇ ਆ ਤੇ ਗਰਮੀਆਂ ਚ ਇਹਨਾਂ ਨੂੰ ਹੋ ਜਾਂਦਾ ਐਂ ਕਰਦੇ ਨੇ ਹਾਂਜੀ ਕਿੰਨੇ ਸਾਲ ਹੋ ਗਏ ਪੁੱਤ ਸਾਲ ਹੋ ਯਾਦ ਹੋ ਪਹਿਲਾਂ ਦੇ ਯਾਦ ਪਹਿਲਾਂ ਦੇ ਜਦੋਂ ਨਿੱਕਾ ਸੀ ਉਦੋਂ ਤੋਂ ਹੀ ਹਾਂਜੀ ਉਹ ਮਾਰੇ ਕੁੱਟਦੇ ਵੀ ਸੀ ਜਦ ਹਾਂਜੀ ਹੁਣ ਵੀ ਅੱਜ ਤੱਕ ਨੇ ਮਾਰਦੇ ਕੁੱਟਦੇ ਥੋੜਾ ਹੁੰਦਾ ਹੀ ਥੋੜਾ ਬਹੁਤ ਤੈਨੂੰ ਵਧੀਆ ਪਿਆਰ ਕਰਦੇ ਹਾਂਜੀ ਮੈਨੂੰ ਕਰਦੇ ਕਿੰਨੇ ਭੈਣ ਭਰਾ ਤੁਸੀਂ ਹਾਂਜੀ ਦੋ ਭਰਾ ਦੂਜਾ ਭਰਾ ਕਿੱਥੇ ਛੋਟਾ ਘੜੇ ਆ ਉਹ ਛੋਟਾ ਭਰਾ ਹਾਂਜੀ ਦੋਨਾਂ ਭਰਾਵਾਂ ਨੂੰ ਪਿਆਰ ਬਹੁਤ ਕਰਦੀ ਹੈ ਮੰਮੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਬਹੁਤ ਸਿਆਣੀ ਬਹੁਤ ਆ ਮੰਮੀ ਹਾਂਜੀ ਹਾਂਜੀ ਘਰ ਦੇ ਕੰਮ ਸਾਰੇ ਕਰਦੀ ਹਾਂਜੀ ਟੀਚਰ ਸੀਗੇ ਟੀਚਰ ਸੀ ਪਹਿਲਾਂ ਪੜ੍ਹੇ ਨੇ ਬੀਏ ਕੀਤੀ ਹੈ ਬੀਏ ਕੀਤੀ ਕਿੱਥੇ ਪੜ੍ਹਾਉਂਦੇ ਸੀ ਹਾਂਜੀ ਇਹ ਗੁਰੂ ਨਾਨਕ ਸਕੂਲ ਲੈ ਭਿੰਦਰ ਕੋਲੇ ਤੂੰ ਟੀਚਰ ਆ ਮੈਨੂੰ ਤਾਂ ਹੁਣ ਪਤਾ ਲੱਗਿਆ ਮੇਰੀ ਭੈਣ ਨੂੰ ਸਾਡੇ ਉੱਤੇ ਬੱਚਿਆਂ ਨੂੰ ਪੜ੍ਹਾ ਰਿਆ ਕਰੇਗੀ ਲੰਮੇ ਦੇ ਪੁੱਤ ਨੂੰ ਮਾਰਕਟ ਪੜਾ ਸਭ ਲੜਕਾਂ ਚਲੋ ਵੀ ਚਲੋ ਕਾਕਾ ਪਿੱਛੇ ਹੋ ਚਲੋ 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 ਮੈਂ ਲਿਖਣ ਦਾ ਬਾ ਕਹਤਾ ਕਹਤਾ ਚੁੱਪ 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 ਗੰਡੋਇਆ ਬਸ ਕਰੇ ਅਰਦਾਸ ਮਾਰੇ ਅਰਦਾਸ ਕਰਿਓ ਬਸ ਮੇਰੀ ਛੋਟੀ ਭੈਣ ਠੀਕ ਹੋਏ ਦੇਖੋ ਲੱਚ ਪੁੱਤਾ ਵਿਚਾਰਾ ਹਨਾ ਮਾਂ ਨੂੰ ਇਸ ਹਾਲਤ ਦੇਖ ਰਿਹਾ ਕਿਹਦਾ ਛੋਟਾ ਭਰਾ ਹੋਰ ਆ ਉਹ ਵੀ ਦੇਖਦਾ ਕਿੰਨੀ ਦਿਲ ਤੇ ਤਕਲੀਫ ਸਕੂਲ ਦੇ ਵਿੱਚ ਬੱਚਿਆਂ ਨਾਲ ਆਪਣੇ ਟੀਨੇਜਰ ਦੋਸਤਾਂ ਨਾਲ ਕਿੰਨੀ ਸ਼ਰਮਿੰਦਗੀ ਮਹਿਸੂਸ ਕਰਦੇ ਹੋਣਗੇ ਬੱਚੇ ਹਨਾ ਵੀ ਸਾਡੀ ਮੰਮੀ ਇੱਦਾਂ ਵਾ ਲੋਕ ਤਾਂ ਉਹਨੇ ਜਿਉਣ ਦਿੰਦੇ ਤਾਨੇ ਮਿਹਣੇ ਮਾਰ ਮਾਰ ਕੇ ਚੰਗੇ ਭਲੇ ਨੂੰ ਤੇ ਪਹਿਲਾਂ ਹੀ ਸਮੱਸਿਆ ਚ ਬਸ ਅਰਦਾਸ ਕਰਿਓ ਵੀ ਭਿੰਦਰ ਭੈਣ ਠੀਕ ਹੋ ਕੇ ਜਾਵੇ ਤੇ ਅਨਮੋਲ ਤੇ ਅਨਮੋਲ ਦਾ ਭਰਾ ਮਾਣ ਨਾਲ ਆਪਣੀ ਮਾਂ ਦੇ ਨਾਲ ਜਾਣ ਦੁਕਾਨ ਤੇ ਬਾਜ਼ਾਰ ਕਿਤੇ ਵੀ ਇਹਨਾਂ ਨੂੰ ਮਾਣ ਮਹਿਸੂਸ ਹੋਵੇ ਸਾਡੀ ਮਾਂ ਭੁਪਿੰਦਰ ਕੌਰ ਟੀਚਰ ਜਿਹੜੀ ਸਕੂਲ ਚ ਪੜ੍ਹਾਉਂਦੀ ਆ ਵੀ ਅਸੀਂ ਉਹਦੇ ਪੁੱਤ ਆ ਪਰ ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਅਰਦਾਸ ਕਰਨੀ ਪੈਣੀ ਆ ਕਿ ਕੋਈ ਸਮਾਂ ਕਿਸੇ ਤੇ ਵੀ ਆ ਸਕਦਾ ਕਿ ਬਿਮਾਰੀ ਡਿਪਰੈਸ਼ਨ ਆ ਪਰਿਵਾਰ ਚ ਬਲੱਡ ਦੇ ਰਾਹੀਂ ਦਾਦੇ ਤੋਂ ਪੋਤੇ ਨੂੰ ਨਾਨੇ ਤੋਂ ਨਾਨੀ ਤੋਂ ਕਿਸੇ ਤੋਂ ਵੀ ਮਿਲ ਸਕਦੀ ਆਪਾਂ ਇਹਦਾ ਕਸੂਰ ਨਾ ਤਾਂ ਭੈਣ ਦਾ ਕੋਈ ਨਾ ਇਹਨਾਂ ਦਾ ਪਰ ਸਮਾਂ ਜਿਹੜਾ ਬਸ ਇਹੀ ਮਾੜਾ ਤੇ ਸਮਾਂ ਬਦਲ ਸਕੇ ਠੀਕ ਹੋ ਸਕੇ ਭੁਪਿੰਦਰ ਭੈਣ ਦੁਬਾਰਾ ਫਿਰ ਤੋਂ ਟੀਚਰ ਦਾ ਰੋਲ ਅਦਾ ਕਰਕੇ ਆਪਣੇ ਜੀਵਨ ਨੂੰ ਸੁਧਾਰ ਸਕੇ ਅਰਦਾਸ ਕਰਿਓ ਇਹਨਾਂ ਦੇ ਪਤੀ ਵਿਚਾਰੇ ਬਹੁਤ ਹੀ ਸਾਊ ਬੰਦਾ ਪਿੱਛੇ ਖੜਾ ਵਿਚਾਰਾ ਉਹ ਵੀ ਅੱਖਾਂ ਭਰੀ ਸਵੇਰੇ ਵੀ ਰੋਈ ਜਾਂਦਾ ਜਦੋਂ ਮਿਲਿਆ ਕੀ ਕਰ ਸਕਦਾ ਬੰਦਾ ਮਜਬੂਰੀ ਆ ਪਰ ਇਸ ਮਜਬੂਰੀ ਨੂੰ
आप सारे रल के दूर कर सकते हैं जो उस अकाल पुरख वाहगुरु के चरणा च अरदास करिए। अल्लाह ओ राम ओ वाहगुरु ओ जीशु भगवान कृपा कर साडी भैन ठीक होवे, अपने परिवार नूं सांभे, अपने परिवार नूं उन्हां नूं पाले, परवरिश करे, अरदास करे। अज साडे कोले भैन नूं कैंप च लैके आए सी, इत्थे असीं एडमिट करिया, 10 दिन करीब भैन इत्थे रहूगी। 10 दिनां च तुसीं देखोगे तुहाडी कीती हुई अरदास दा फर्क महसूस होगा। असीं मनावांगे तुहानूं इस चैनल दे थ्रू, इस प्लेटफॉर्म दे थ्रू भैन बारे तुहानूं जानकारी दिसां जी। कल्ली भैन बारे नहीं, जिन्हें भी तुहानूं वीर भरा मिलाया सारे बारे किड्डी कृपा इत्थे बाबे दी। वाहिगुरु जी का खालसा वाहिगुरु। कोई इन्हां नूं मोल फिक्र नहीं करना पुत्र, मम्मा ने ठीक हो जाना, ठीक है पुत्र, कोई ना।